ਪੀਆਰਟੀਸੀ ਅਤੇ ਪੰਨ ਬੱਸ ਮੁਲਾਜ਼ਮਾਂ ਦੇ ਵੱਲੋਂ ਦੀ ਇੱਕ ਵਾਰੀ ਫੇਰ ਤੋਂ ਸਰਕਾਰਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਦੱਸ ਦਈਏ ਕਿ ਬਟਾਲਾ ਦੇ ਵਿੱਚ ਪੀਆਰਟੀਸੀ ਅਤੇ ਪੰਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਦੀ ਵੱਡਾ ਐਲਾਨ ਕਰਦੇ ਹੋਏ ਇਹ ਗੱਲ ਆਖੀ ਗਈ ਹੈ ਕਿ ਕੱਲ ਨੂੰ 27 ਦੇ 27 ਜਿਹੜੇ ਡੀਪੂ ਨੇ ਉਹ ਬੰਦ ਕੀਤੇ ਜਾਣਗੇ ਭਾਵੇਂ ਕਿ ਬੱਸਾਂ ਨਹੀਂ ਚੱਲਣਗੀਆਂ ਜਿਹੜੀਆਂ ਸਰਕਾਰੀ ਨੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਲੰਬੇ ਸਮੇਂ ਤੋਂ ਸਰਕਾਰਾਂ ਦੇ ਸਾਹਮਣੇ ਅਸੀਂ ਆਪਣੀਆਂ ਮੰਗਾਂ ਰੱਖਦੇ ਆਉਂਦੇ ਆਂ ਤੇ ਸਾਨੂੰ ਹਰ ਵਾਰੀ ਟਾਲ ਮਟੋਲ ਕਰਕੇ ਭੇਜ ਦਿੱਤਾ ਜਾਂਦਾ ਤੇ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕਾ ਵੀ ਨਹੀਂ ਹੁੰਦੀਆਂ ਇਸ ਮੌਕੇ ਤੇ ਜਿਹੜੇ ਪੀਆਰਟੀਸੀ ਪੰਨ ਬੱਸ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਦੀ ਆਪਣੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦੀਆਂ ਤਕਲੀਫਾਂ ਨੇ ਉਹ ਵੀ ਸਰਕਾਰ ਦੇ ਸਾਹਮਣੇ ਇੱਕ ਵਾਰੀ ਫੇਰ ਤੋਂ ਰੱਖੀਆਂ ਗਈਆਂ ਨੇ ਕਿ ਉਹ ਕੀ ਚਾਹੁੰਦੇ ਨੇ ਆਓ ਸੁਣਦੇ ਹਾਂ ਕੀ ਕਹਿੰਣਾ ਪੀਆਰਟੀਸੀ ਅਤੇ ਪੰਨ ਬੱਸ ਦੇ ਇਹਨਾਂ ਮੁਲਾਜ਼ਮਾਂ ਦਾ ਕੋਈ ਮੈਂ ਪੰਜਾਬ ਰੋਡਵੇ ਪੀਆਰਟੀਸੀ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੀਪ ਕੁਮਾਰ ਸ਼ਰਮਾ ਬੰਦ ਕਰਨਾ ਸਾਡਾ ਸ਼ੌਂਕ ਨਹੀਂ ਕਾ ਮਜਬੂਰੀ ਹੈ ਕਿ ਸਰਕਾਰ ਜਿਹੜੀ ਆ ਆਊਟਸੋਰਸ ਰਹੀ ਗੈਰ ਕਾਨੂੰਨੀ ਭਰਤੀ ਜਿਹੜੀ ਉਹ ਕਰ ਰਹੀ ਆ ਰੋਪੜੀਪੂ ਦੇ ਵਿੱਚ ਦੋ ਡਰਾਈਵਰ ਜਿਹੜੇ ਨੇ ਗੈਰ ਕਾਨੂੰਨੀ ਭਰਤੀ ਕੀਤੀ ਜਾਨੀ ਕਿ ਪੈਰਾਸ਼ੂਟ ਰਾਈ ਕਿਉਂਕਿ ਅਸੀਂ ਭਰਤੀ ਰੱਦ ਕਰਵਾਈ ਸੀ ਮੁੰਡਿਆਂ ਨੇ ਤੇਲ ਪਾਇਆ ਆਪਣੇ ਦੇ ਚੰਡੀਗੜ੍ਹ ਪੀਏਪੀ ਚੌਂਕ ਬੰਦ ਕੀਤਾ ਅੰਮ੍ਰਿਤਸਰ ਗੇਟ 골ਡਨ ਗੇਟ ਬੰਦ ਕੀਤਾ ਤੇ ਭਰਤੀ ਰੱਦ ਕੀਤੀ ਸੀ ਫਿਰ ਇਹ ਮੁੰਡੇ ਕਿੱਥੋਂ ਆ ਗਏ 28 ਬੰਦੇ ਜਿਹੜੇ ਨੇ ਆਊਟਸੋਰਸਰਾਂ ਹੀ ਭਰਤੀ ਕਰਕੇ ਸਰਕਾਰ ਵੱਖ-ਵੱਖ ਡੀਪਾਂ 'ਚ ਭੇਜ ਰਹੀ ਹੈ ਦੋ ਮੁੰਡੇ ਜਿਹੜੇ ਉਹਨਾਂ ਨੂੰ ਪ੍ਰੋਪਰਟੀ ਪੂ ਦੀ ਗੱਡੀ ਜਿਹੜੀ ਆਊਟ ਹੋਈ ਆ ਬਾਰੋ-ਬਾਰ ਉਹਨਾਂ ਨੂੰ ਜੁਆਇਨ ਕਰਾ ਕੇ ਬਾਹਰ ਭੇਜਤਾ ਟ੍ਰੇਨਿੰਗ ਤੇ ਕਿਤੇ ਉਹਨਾਂ ਦੀ ਟ੍ਰੇਨਿੰਗ ਨਹੀਂ ਹੋਈ ਜਨਤਾ ਨਾਲ ਖਲਵਾੜ ਕੀਤਾ ਜਾ ਰਿਹਾ ਜਿਹਦੀ ਅਸੀਂ ਮੰਗ ਕੀਤੀ ਸੀ ਵੀ ਇਹ ਭਰਤੀ ਰੱਦ ਕਰਕੇ ਮੈਘਮਾ ਆਪ ਭਰਤੀ ਕਰੇ ਫਿਰ ਸਾਡੇ ਕੰਡੀਸ਼ਨਾਂ ਲਾ ਕੇ ਜਿਹੜੇ ਵਰਕਰ ਨੇ ਉਹ ਕੱਢੇ ਨੇ ਨਜਾਇਜ਼ ਮਾਰੂ ਕੰਡੀਸ਼ਨਾਂ ਲਾ ਕੇ ਉਹ ਰੱਦ ਕੀਤੀਆਂ ਜਾਣ ਸਾਡੇ ਤੇ ਕੋਈ ਸਿਵਲ ਸਰਵਿਸ ਰੂਲ ਬਣਾਏ ਜਾਣ ਪਨਪਾਸ ਦੇ ਵਿੱਚ ਜਿਹਦੇ ਨਾਲ ਸਾਡੀ ਜਿਹੜੀ ਨੌਕਰੀ ਉਹ ਸੇਫ ਰਹੇ ਫਿਰ 15 9 2021 ਤੋਂ ਜਿਹੜਾ ਵਾਅਦਾ ਹੋਇਆ ਸੀ ਤਨਖਾਹਾਂ ਦਾ ਉਹ ਕੁਝ ਮਲਾਜ਼ਮਾਂ ਦੇ ਉੱਤੇ ਲਾਗੂ ਨਹੀਂ ਕੀਤਾ ਜਿੱਦਾਂ ਕਿ ਡਾਟਾ ਐਂਟਰੀ ਆਪਰੇਟਰ ਨੇ ਪਨ ਬਸ ਦੇ ਵਿੱਚ ਐਡਵਾਂਸ ਬੁੱਕਰ ਨੇ ਪੀਆਰਟੀਸ ਦੇ ਵਿੱਚ ਉਹਨਾਂ ਤੇ ਵੀ ਲਾਗੂ ਹੋਣਾ ਚਾਹੀਦਾ ਬਟਾਲੇ ਦਾ ਇੱਕ ਕਨੈਕਟਰ ਆ ਜੀ ਮੁੰਡਾ ਜਿਹਦੇ ਕਰਕੇ ਉਹ ਰਿਪੋਰਟ ਉਹਦੀ ਹੋ ਗਈ ਸੀ ਨਜਾਇਜ਼ ਸਵਾਰੀ ਨੇ ਟਿਕਟ ਨਹੀਂ ਲਈ ਸੀ ਉਹ 7 ਦਿਨ ਤੁਹਾਡੇ ਸਾਹਮਣੇ ਇੱਥੇ ਟੈਂਕੀ ਤੇ ਰਿਹਾ ਟੈਂਕੀ ਦੇ ਉੱਤੇ ਚੜਿਆ ਨੰਗੇ ਧਾੜੋ ਨੇ ਪ੍ਰਦਰਸ਼ਨ ਕੀਤਾ ਉਹਦੇ ਸਮਰਥਨ ਦੇ ਵਿੱਚ ਅਸੀਂ ਵੀ ਤਨਖਾਹਾਂ ਕਟਾਈਆਂ ਆਪਣੀਆਂ ਰੋਸ ਪ੍ਰਦਰਸ਼ਨ ਕੀਤੇ ਧਰਨੇ ਲਾਏ ਉਹਦੀ ਇਨਕੁਆਰੀ ਲਾ ਕੇ ਨਜਾਇਜ਼ ਤੌਰ ਤੇ ਤਖਤਾਂ ਨੂੰ ਅੱਖੋਂ ਪਰੋਖੇ ਕਰਕੇ ਉਹਨੂੰ ਫਰਗ ਕਰ ਦਿੱਤਾ ਗਿਆ ਉਹਦੀਆਂ ਸੁਭਾਵਾਂ ਖਤਮ ਕਰ ਦਿੱਤੀਆਂ ਗਈਆਂ ਉਹਦਾ ਵੀ ਸਾਡੇ ਚ ਰੋਸ ਆ ਅਸੀਂ ਗੇਟਰੀ ਲੀਆਂ ਕੀਤੀਆਂ ਪ੍ਰੈਸ ਕਾਨਫਰੰਸ ਵੀ ਕੀਤੀ ਹੁਣ ਕੀ ਅੱਗੋਂ ਜਿਹੜਾ ਵਾ ਜਿਹੜਾ ਰੋਸ਼ ਪ੍ਰਦਰਸ਼ਨ ਕਰਕੇ ਬੰਦ ਕਰ ਦਿੱਤਾ ਗਿਆ ਅਗਲਾ ਕੀ ਸਟੈਪ ਹੋਏਗਾ ਦੇਖੋ ਜੀ ਸਾਡਾ ਅੱਜ ਸਾਡਾ ਹੁਕਮ ਹੋਇਆ ਸੀ ਬੰਦ ਕਰਨ ਦਾ ਅਸੀਂ 12 ਵਜੇ ਤੱਕ ਟਾਈਮ ਦਿੱਤਾ ਸੀ ਵੀ ਜਿਹੜੀ ਉਹ ਭਰਤੀ ਰੱਦ ਕਰਕੇ ਵਿਭਾਗ ਮੰਦ ਦੁਬਾਰਾ ਭਰਤੀ ਕਰੇ ਪੱਕੀ ਸਾਨੂੰ ਹੋਰ ਕੋਈ ਇਤਰਾਜ਼ ਨਹੀਂ ਹੈ ਪਰ ਇਹਨਾਂ ਨੇ ਬਗੈਰ ਸਰਵਿਸ ਰੂਲਾਂ ਤੋਂ ਦੁਬਾਰਾ ਫੇਰ ਆਊਟਸੋਰਸ ਭਰਤੀ ਕੀਤੀ ਆ ਜਦੋਂ ਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਆਊਟਸੋਰਸ ਦੇ ਕੋ ਬੰਦਾ ਹੀ ਨਹੀਂ ਭਰਤੀ ਕਰਨਾ ਤਾਂ ਕੌਣ ਬੰਦੇ ਰੱਖੇ ਖੋਰੀ ਉਹ ਤੇ ਆਮ ਜਨਤਾ ਦੇ ਵਿੱਚੋਂ ਹੀ ਨੇ ਸਾਡੇ ਡਰਾਈਵਰ ਭਰਾ ਨੇ ਉਹ ਕਿਹੜੇ-ਕਿਹੜੇ ਬਾਹਰੋਂ ਆਏ ਹੋਣੇ ਆ ਪਰ ਉਹਨਾਂ ਨੂੰ 9000 ਰੁਪਏ ਤੇ ਰੱਖ ਰਿਆ ਜੀ ਅਸੀਂ 17-18000 ਰੁਪਏ ਲੈ ਰਹੇ ਆ ਤੇ ਕੰਡੀਸ਼ਨ ਜਿਹੜੀ ਆ ਵੀ ਉਹਨਾਂ ਦੇ ਉੱਤੇ ਮਿਨੀਮਮ ਵੇਜ ਲਾ ਕੇ ਵੀ 9000 ਤਨਖਾਹ ਦੇ ਉੱਤੇ ਕੋਈ ਡਰਾਈਵਰ ਥੋੜੇ ਹੁੰਦਾ ਆ ਹੁਣ ਅਸੀਂ ਇਹਦੇ ਸਵੇਰੇ ਆ ਡੀਪੂ ਬੰਦ ਕਰਕੇ 27 ਦੇ 27 18 ਪਨ ਬਸ ਦੇ 9 ਪੀਆਰਟੀ ਦੇ ਤੇ ਸਵੇਰੇ ਅਸੀਂ ਮੋਹਾਲੀ ਚੰਡੀਗੜ੍ਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਰਾ ਕਰਾਂਗੇ ਪੂਰੇ ਯੋਰ ਸ਼ੋਰ ਨਾ ਜਾ ਰਹੇ ਆ ਜੀ 27 ਦੇ 27 ਡੀਪੂ ਔਰ ਆਮ ਪਬਲਿਕ ਕੋਲੋਂ ਅਸੀਂ ਮਾਫੀ ਚਾਹੁੰਦੇ ਆਂ ਕਿ ਜੇ ਉਹਨਾਂ ਨੂੰ ਕੋਈ ਖੇਚਲ ਦਾ ਖੇਚਲ ਹੁੰਦੀ ਹੈ ਤਾਂ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆਂ ਪਰ ਅਸੀਂ ਤੁਹਾਡੇ ਫਾਇਦੇ ਵਾਸਤੇ ਕਰ ਰਹੇ ਆਂ ਕਿ ਜੇ ਨੌਕਰੀਆਂ ਨਿਕਲਣਗੀਆਂ ਪੱਕੀਆਂ ਤੇ ਆਮ ਜਨਤਾ ਦੇ ਵਿੱਚੋਂ ਹੀ ਉਹਨਾਂ ਨੂੰ ਨੌਕਰੀ ਮਿਲੂਗੀ ਪੂਰੇ ਪੰਜਾਬ 'ਚ ਬੰਦੇ ਹੋਗੇ ਬਿਲਕੁਲ ਜੀ ਪੰਜਾਬ ਪੂਰਾ ਆਲ ਓਵਰ ਕਿੰਨੇ ਡੀਪੂ ਆ ਪੰਜਾਬ 'ਚ 18 ਡੀਪੂ ਦੀ ਪਨ ਬਸਦੇ 9 ਡੀਪੂ ਪੀਆਰਟੀ ਸੀ ਮੇਰਾ ਨਾਮ ਮੇਰਾ ਨਾਮ ਪ੍ਰਥਵੀਪਾਲ ਸਿੰਘ ਪੀਸੀ 246 ਬਟਾਲਾ ਡੀਪੂ ਤੋਂ ਜੀ ਨਿਦਾਰੀ ਉਹਨਾਂ ਤੁਹਾਨੂੰ ਦੱਸਿਆ ਕਿ ਸ਼੍ਰੀ ਪ੍ਰਦੀਪ ਕੁਮਾਰ ਜੀ ਸਾਡੇ ਸੈਂਟਰ ਬਾਡੀ ਦੇ ਪ੍ਰਧਾਨ ਜੀ ਹੋਣਾਂ ਦੱਸਿਆ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ 27 ਦੇ 27 ਡੀਪੂ ਕੱਲ ਨੂੰ ਬੰਦਿਆ ਤੇ ਬੰਦ ਕਰਕੇ ਤੇ ਸੀਐਮ ਸਾਹਿਬ ਦੀ ਗੱਡੀ ਕੋਠੇ ਕਿ ਧਰਨਾ ਦਿੱਤਾ ਜਾਊਗਾ ਜੀ ਉਹਦੇ ਵਿੱਚ ਅਸੀਂ ਮਾਫੀ ਚਾਹੁੰਦੇ ਆ ਪਬਲਿਕ ਤੋਂ ਤੇ ਮੈਂ ਚਾਹੁੰਨਾ ਵਾਂ ਕਿ ਪਬਲਿਕ ਤੋਂ ਮਾਫੀ ਚਾਹੁੰਨੇ ਇਸ ਕਰਕੇ ਜਿਹੜੀ ਮੇਰੀ ਰਿਪੋਰਟ ਨਜਾਇਜ਼ ਕੀਤੀ ਗਈ ਆ 7 ਦਿਨ ਮੈਂ ਟੈਂਕੀ ਤੇ ਚੜਿਆ ਜੀ ਦਿਨ ਰਾਤ ਝਾਕ ਕੇ ਲੰਗਾਈ ਆ ਮੇਰੇ ਮਗਰ 27 ਦੇ 27 ਡੀਪੂਆਂ ਵਰਕਰਾਂ ਨੇ ਤਨਖਾਹਾਂ ਵੀ ਕਟਵਾਈਆਂ ਤੇ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਡਿਊਟੀ ਆ ਮੈਨੂੰ ਮੋਰ ਤੋਂ ਬਹਾਲ ਕੀਤਾ ਜਾਵੇ